ਇੱਥੋਂ ਦੇ ਹਲਕਾ ਵਿਧਾਇਕ ਹੈ ਜਾਂ ਇੱਥੋਂ ਦੀ ਜਿਹੜੀ ਲੀਡਰਸ਼ਿਪ ਹੈ, ਉਹਨਾਂ ਨੇ ਸਾਨੂੰ ਕਦੀ ਮੀਟਿੰਗ 'ਤੇ ਬੁਲਾਉਣਾ ਵੀ ਜਾਇਜ਼ ਨਹੀਂ ਸਮਝਿਆ। ਜਿਹੜੀ ਬਾਰਡਰ ਏਰੀਏ ਦੀ ਮੈਂ ਸਮਝਦਾ ਕੈਟਾਗਰੀ ਬਣਨੀ ਚਾਹੀਦੀ ਹੈ ਕਿ ਜਿਹੜੇ ਆ ਜੀਰੋ ਲਾਈਨ 'ਤੇ ਜਿਹੜੇ ਪਿੰਡ ਵੱਸ ਰਹੇ ਆ, ਉਹਨਾਂ ਲਈ ਅੱਜ ਲੋੜ ਹੈ ਕਿ ਨੌਜਵਾਨਾਂ ਨੂੰ ਇੱਥੇ ਪੰਜਾਬ ਦੇ ਵਿੱਚ ਰੁਜ਼ਗਾਰ ਦਿੱਤਾ ਜਾਵੇ, ਉਹਨਾਂ ਨੂੰ ਜਿਹੜੀਆਂ ਬਣਦਾ ਜਿੰਨਾ ਮੈਂ ਕਹਿੰਦਾ ਸਰਕਾਰਾਂ ਕਰ ਸਕਦੀਆਂ। ਅਕਾਲੀ ਦਲ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਵਿਧ ਵੀ ਹੋ ਜਾਵੇ, ਇਹ ਤੋਂ ਵੱਡੀ ਮਾੜੀ ਕਿਹੜੀ ਗੱਲ ਹੋ ਸਕਦੀ ਹੈ? ਅਤੇ ਪੰਥਕ ਲੋਕ ਸਮਝ ਚੁੱਕੇ ਆ ਕਿ ਇਹਨਾਂ ਨੇ ਪੰਥਕ ਬੁਰਕਾ ਪਾਇਆ ਹੋਇਆ, ਉਹਨਾਂ ਲੋਕਾਂ ਨੇ ਐਰਕਾਂ ਦੀ ਇਹਨਾਂ ਦੋਵਾਂ ਧਿਰਾਂ ਨੂੰ ਵੋਟਾਂ ਨਹੀਂ ਪਾਉਣੀਆਂ। ਮੈਂ ਫਿਰ ਵੀ ਇੰਨਾ ਸਮਝਮ ਅਤੇ ਇਹਨੇ ਮਤਲਬ ਮੇਰਾ ਵੀਰ ਕਦੀ ਵੀ ਆਪਣਾ ਮਨ ਛੋਟਾ ਨਹੀਂ ਕੀਤਾ, ਮੈਂ ਕਦੀ ਕਿਸੇ ਦੇ ਖਿਲਾਫ ਕਦੀ ਗਲਤ ਗੱਲ ਨਹੀਂ ਕੀਤੀ, ਕਦੀ ਕਿਸੇ ਦੀ ਸ਼ਾਨ ਦੇ ਖਿਲਾਫ ਗਲਤ ਗੱਲ ਨਹੀਂ ਕੀਤੀ। ਮੈਂ ਤਾਂ ਹਮੇਸ਼ਾ ਆਪਣੇ ਜਿਹੜੇ ਪੈਰ ਆ ਉਹਨਾਂ ਦੇ ਲੜਾਈ ਲੜਦਾ ਨੇ, ਵਿਚਾਰਿਆਂ ਨੇ ਬਹੁਤ ਮਿਹਨਤ ਕੀਤੀ ਆ, ਲੜਾਈ ਲੜਦੇ ਰਹੇ ਆ, ਉਹਨਾਂ ਨੂੰ ਗੱਲ ਦੇ ਨਾਲ ਲਾ ਕੇ ਚੱਲਾਂਗੇ, ਉਹਨਾਂ ਦੇ ਨਾਲ ਪਿਆਰ ਦੇ ਨਾਲ ਚੱਲਾਂਗੇ। ਸਾਰੇ ਭਰਾ ਨੇ ਗਰਾਊਂਡ ਰਿਪੋਰਟਸ ਟੀਵੀ ਨਿਊਜ਼ ਇੰਡੀਆ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਪਿਸ਼ੌਰਾ ਸਿੰਘ ਪੰਨੂ। 2022 ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਰਾਜਨੀਤਿਕ ਪਾਰਟੀਆਂ ਵੱਲੋਂ ਜਿੱਥੇ ਸਿਆਸੀ ਅਖਾੜਾ ਜਿਹੜਾ ਵਾ ਉਹ ਗਰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ, ਉੱਥੇ ਹੀ ਮਾਝੇ ਦੇ ਅੰਦਰ ਇੱਕ ਵੱਡਾ ਜਿਹੜਾ ਵਾ ਉਹ ਸਿਆਸੀ ਧਮਾਕਾ ਹੋਇਆ ਹੈ, ਜਿਸ ਦੇ ਵਿੱਚ ਕਾਂਗਰਸ ਪਾਰਟੀ ਦੇ ਸੂਬਾ ਕਾਰਜਕਾਰਨੀ ਕਮੇਟੀ ਮੈਂਬਰ ਜਥੇਦਾਰ ਸਰਵਨ ਸਿੰਘ ਧੁੰਨ, ਜਿਨ੍ਹਾਂ ਦਾ ਮਾਝੇ ਦੇ ਤਰਨ ਤਾਰਨ ਖਾਸਕਰ ਇਲਾਕੇ ਅਤੇ ਹਲਕਾ ਖੇਮਕਰਨ ਅੰਦਰ ਵੱਡਾ ਸਿਆਸੀ ਅਸਰ ਰਸੂਖ ਹੈ, ਉਹਨਾਂ ਨੇ ਕਾਂਗਰਸ ਪਾਰਟੀ ਛੱਡ ਕੇ ਬੀਤੇ ਦਿਨੀ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ। ਅੱਜ ਉਹ ਹਲਕੇ ਦੇ ਅੰਦਰ ਪੁੱਜੇ ਨੇ, ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਅੰਦਰ ਨਤਮਸਤਕ ਹੋਣ ਉਪਰੰਤ ਉਹਨਾਂ ਨੇ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ। ਹਰ ਮਦਾਨ ਫਤਿਹ ਬਖਸ਼ਿਸ਼ ਕਰਨੀ ਨਾਨਕ ਨਾਮ। ਸਰਵਣ ਸਿੰਘ ਧੁੰਨ ਵੱਲੋਂ ਆਪਣੇ ਸਾਥੀਆਂ ਸਮੇਤ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦਲ ਪੰਥ ਬਾਬਾ ਬਿਧੀ ਚੰਦ ਸੁਰ ਸਿੰਘ ਚੌਣੀ ਸਾਹਿਬ ਅਤੇ ਗੁਰਦੁਆਰਾ ਸਾਹਿਬ ਭੰਬਰਾਂ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਉਡਾਸਰਾ ਲਿਆ ਗਿਆ। ਉਪਰੰਤ ਗੁਰਦੁਆਰਾ ਜਨਮ ਸਥਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਪਿੰਡ ਪਹੂ ਪਿੰਡ ਆਦਿ ਗੁਰੂ ਘਰਾਂ ਵਿੱਚ ਨਤਮਸਤਕ ਹੋ ਕੇ ਅਰਦਾਸ ਕੀਤੀ ਗਈ, ਜਿਸ ਤੋਂ ਬਾਅਦ ਸਰਵਣ ਸਿੰਘ ਧੁੰਨ ਅਤੇ ਉਹਨਾਂ ਦੇ ਸਾਥੀ ਪਿੰਡ ਸੁਰ ਸਿੰਘ ਭਿੱਕੀ ਪਿੰਡ ਅਤੇ ਚੌਂਕ ਆਦਿ ਪਿੰਡਾਂ ਵਿਖੇ ਪੁੱਜੇ, ਜਿੱਥੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਵੱਖ ਪਿੰਡਾਂ ਤੋਂ ਹੁੰਦੇ ਹੋਏ ਪਿੰਡ ਥੇ ਕਲਾ ਵਿਖੇ ਪੁੱਜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਧੁੰਨ ਸਾਹਿਬ ਤੋਂ ਜਾਣਦੇ ਹਾਂ ਕਿ ਉਹਨਾਂ ਦਾ ਆਉਣ ਵਾਲਾ ਜਿਹੜਾ ਆ ਉਹ ਸਿਆਸੀ ਪ੍ਰੋਗਰਾਮ ਕੀ ਆ। ਧੁੰਨ ਸਾਹਿਬ, ਪਹਿਲਾਂ ਤਾਂ ਗਰਾਊਂਡ ਰਿਪੋਰਟ ਟੀਵੀ ਨਿਊਜ਼ ਇੰਡੀਆ ਦੇ ਦਰਸ਼ਕਾਂ ਵੱਲੋਂ ਤੁਹਾਨੂੰ ਜਿਹੜੀਆਂ ਵਾ ਉਹ ਇਸ ਢੇਰ ਮੁਬਾਰਕਾਂ ਹੋਣ ਕਿ ਤੁਸੀਂ ਜਿਹੜੀ ਆ ਨਵੀਂ ਪਾਰਟੀ ਜੁਆਇਨ ਕੀਤੀ। ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ। ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦਾ ਅਤੇ ਆਪਦੇ ਚੈਨਲ ਦਾ ਅਤੇ ਆਪ ਜੀ ਦੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੁੰਨ ਸਾਹਿਬ, ਅਜਿਹੀ ਕੀ ਗੱਲ ਹੋ ਗਈ ਕਿ ਤੁਹਾਨੂੰ ਜਿਹੜੀ ਆ ਇਹ ਕਾਂਗਰਸ ਪਾਰਟੀ ਛੱਡ ਕੇ ਅਤੇ ਇੱਧਰ ਆਮ ਆਦਮੀ ਪਾਰਟੀ ਜੁਆਇਨ ਕਰਨੀ ਪਈ? ਪੰਨੂ ਸਾਹਿਬ, ਤੁਸੀਂ ਮੈਨੂੰ ਬੜੇ ਚਿਰ ਤੋਂ ਜਾਣਦੇ ਹੋ, ਮੈਂ ਬੜੇ ਹੀ ਮਤਲਬ ਲੰਮੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਹਾਂ ਅਤੇ ਮੈਂ ਪਿਛਲੇ 7-8 ਸਾਲਾਂ ਤੋਂ ਕਾਂਗਰਸ ਪਾਰਟੀ ਦੇ ਨਾਲ ਚੱਲ ਕੇ ਦਿਨ ਰਾਤ ਕਰਕੇ ਮੈਂ ਅਤੇ ਮਾਰੀ ਸਾਰੀ ਟੀਮ ਨੇ, ਅਸੀਂ ਸਾਰਿਆਂ ਨੇ, ਇੱਥੋਂ ਤੱਕ ਕਿ ਸਾਰੇ ਇਲਾਕੇ ਨੇ ਅਤੇ ਪੂਰੇ ਜ਼ਿਲ੍ਹੇ ਦੇ ਵਿੱਚ ਕੰਮ ਕਰਕੇ ਕਾਂਗਰਸ ਪਾਰਟੀ ਨੂੰ ਜਿੱਤ ਦਿਵਾਉਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਪਰ ਮੈਨੂੰ ਅਫਸੋਸ ਹੈ ਕਿ ਸਾਡੇ ਵਰਗਿਆਂ ਨੂੰ ਜਿਹੜੇ ਦਿਨ ਰਾਤ ਇੱਕ ਕਰਕੇ ਪਾਰਟੀ ਲਈ ਮਰਦੇ ਰਹੇ, ਕਦੀ ਜਿਹੜੇ ਇੱਥੋਂ ਦੇ ਹਲਕਾ ਵਿਧਾਇਕ ਹੈ ਜਾਂ ਇੱਥੋਂ ਦੀ ਜਿਹੜੀ ਲੀਡਰਸ਼ਿਪ ਹੈ, ਉਹਨਾਂ ਨੇ ਸਾਨੂੰ ਕਦੀ ਮੀਟਿੰਗ 'ਤੇ ਬੁਲਾਉਣਾ ਵੀ ਜਾਇਜ਼ ਨਹੀਂ ਸਮਝਿਆ। ਉਹ ਜਦੋਂ ਸਾਡੇ ਪਿੰਡਾਂ ਵਿੱਚ ਵੀ ਆਉਂਦੇ ਆ ਅਤੇ ਉੱਥੇ ਵੀ ਸਾਨੂੰ ਦਰਕਿਨਾਰ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ, ਅਤੇ ਮੇਰੇ ਵੀਰ ਫਿਰ ਇੰਨਾ ਦਮ ਘੁੱਟ ਕੇ ਤਾਂ ਅਸੀਂ ਕਾਂਗਰਸ ਪਾਰਟੀ ਦੇ ਵਿੱਚ ਕਿਵੇਂ ਚੱਲ ਸਕਦੇ ਸੀ? ਧੁੰਨ ਸਾਹਿਬ, ਕਾਂਗਰਸ ਪਾਰਟੀ ਤੁਸੀਂ ਛੱਡ ਦਿੱਤੀ ਅਤੇ ਆਮ ਆਦਮੀ ਪਾਰਟੀ 'ਚ ਕੀ ਚੰਗਾ ਲੱਗਾ ਕਿ ਤੁਸੀਂ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ? ਬ੍ਰਦਰ, ਮੈਂ ਪਿਛਲੇ ਲੰਮੇ ਸਮੇਂ ਤੋਂ ਮੈਂ ਅਕਾਲੀ ਦਲ ਦੇ ਵਿੱਚ ਵੀ ਕੰਮ ਕੀਤਾ ਅਤੇ ਮੈਂ ਕਾਂਗਰਸ 'ਚ ਵੀ ਕੰਮ ਕੀਤਾ ਅਤੇ ਜਦੋਂ ਹੁਣ ਮੈਂ ਆਪਣੇ ਸਾਰੇ ਇਲਾਕੇ ਦੇ ਵਿੱਚ, ਜਿਹੜਾ ਇਹ ਮੇਰਾ ਫੈਸਲਾ, ਇਹ ਮੇਰੇ ਇਕੱਲੇ ਦਾ ਫੈਸਲਾ ਨਹੀਂ, ਮੈਂ ਸਮਝਦਾ ਕਿ ਮੇਰੇ ਇਲਾਕੇ ਦੇ ਲੋਕਾਂ ਤੋਂ ਸਾਰੇ ਭਰਾਵਾਂ ਨੂੰ ਮੈਂ ਨਾਲ ਲੈ ਕੇ ਮੈਂ ਇਕੱਲੇ ਇਕੱਲੇ ਜਿਹੜੇ ਪਰਿਵਾਰ ਹੈ ਉਹਨਾਂ ਨੂੰ ਪੁੱਛਿਆ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ। ਇਹ ਇਲਾਕੇ ਸਾਰੇ ਨੇ ਇਹ ਫੈਸਲਾ ਕੀਤਾ ਕਿ ਜਿਹੜੀ ਆਮ ਆਦਮੀ ਪਾਰਟੀ ਹੈ, ਜਿਹੜੇ ਅਰਵਿੰਦ ਕੇਜਰੀਵਾਲ ਜੀ ਆ, ਉਹਨਾਂ ਨੇ ਬਹੁਤ ਵਧੀਆ ਇੱਕ ਜਿਹੜਾ ਮਾਡਲ ਪੇਸ਼ ਕੀਤਾ ਦਿੱਲੀ ਦੇ ਵਿੱਚ, ਜਿਹੜੀ ਸਰਕਾਰ ਚੱਲ ਰਹੀ ਹੈ ਉੱਥੇ, ਜਿਹੜੀ ਉਹਨਾਂ ਨੇ ਸਹੂਲਤਾਂ ਦਿੱਤੀਆਂ, ਉੱਥੇ ਇਲਾਜ ਫਰੀ ਹੈ, ਉੱਥੇ ਬੱਚਿਆਂ ਦੀ ਐਜੂਕੇਸ਼ਨ ਫਰੀ ਹੈ, ਉੱਥੇ ਬਿਜਲੀ ਦੇ ਬਿੱਲ ਸਾਰੇ ਮੈਨੂੰ ਲੱਗਦਾ ਵੀ 5-5 ਰੁਪਈਏ ਬਿੱਲ ਆ ਰਿਹਾ ਸਾਰਾ, 10-10 ਰੁਪਈਏ। ਅਤੇ ਸਾਰੇ ਲੋਕਾਂ ਨੇ, ਕਿਉਂਕਿ ਜਿਹੜੀ ਜਦੋਂ ਵੀ ਆਪਾਂ ਸਰਕਾਰਾਂ ਚੁਣਦੇ ਹਾਂ ਉਹ ਮੁੱਖ ਲੋੜਾਂ ਤਾਂ ਇਹ ਹੁੰਦੀਆਂ
ਅਤੇ ਇਸ ਕਰਕੇ ਅੱਜ ਪੂਰੇ ਪੰਜਾਬ ਦੀ ਜਿਹੜੀ ਉਹ ਮੰਗ ਹੈ ਕਿ ਜਿਹੜੇ ਲੋਕ ਬੜੇ ਵਿਚਾਰੇ ਇਲਾਜ ਕਰਾਉਣ ਤੋਂ ਵੀ ਔਖੇ ਹੈ, ਅਤੇ ਪੰਜਾਬ ਦੀ ਇੱਕ ਮੰਗ ਹੈ ਕਿ ਕੋਈ ਵਧੀਆ ਬਦਲ ਜਿਹੜਾ ਉਹ ਪੰਜਾਬ ਦੇ ਲੋਕ ਉਹ ਲੈ ਕੇ ਆਉਣ, ਅਤੇ ਉਹ ਜਦੋਂ ਅਸੀਂ ਸਾਰਾ ਵੇਖਿਆ ਤਾਂ ਉਹ ਆਮ ਆਦਮੀ ਪਾਰਟੀ ਹੈ, ਅਰਵਿੰਦ ਕੇਜਰੀਵਾਲ ਜੀ ਹੈ, ਅਤੇ ਤਾਂ ਮੇਰੇ ਵੀਰ ਉਹਨਾਂ ਦੀ ਅਗਵਾਈ ਕਬੂਲੀ ਹੈ। ਤੁਹਾਨੂੰ ਸਾਹਿਬ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ, ਇਹਨਾਂ ਦੇ ਵਿੱਚ ਜਿਹੜਾ ਵਾ ਕਿਉਂ ਨਹੀਂ ਤੁਹਾਨੂੰ ਉਹਨਾਂ ਨੇ ਤੁਹਾਡੇ ਵੱਲੋਂ ਉਹਨਾਂ ਨੇ ਤੁਹਾਨੂੰ ਅਪਣਾਇਆ, ਜਾਂ ਤੁਹਾਡੀਆਂ ਜਿਹੜੀਆਂ ਵਾ ਖੁਆਇਸ਼ਾਂ ਜਾਂ ਜੋ ਮੰਗਾਂ ਸੀ ਕਿਉਂ ਨਹੀਂ ਕੀ ਸਮਝਦੇ ਵੀ ਉਹ ਪੂਰੀਆਂ ਹੋ ਸਕੀਆਂ? ਮੇਰੇ ਵੀਰ ਇਹ ਤਾਂ ਉਹ ਜਵਾਬ ਦੇ ਸਕਦੇ ਆ ਜੀ, ਤਾਂ ਕਾਂਗਰਸ ਪਾਰਟੀ ਜਵਾਬ ਦੇ ਸਕਦੀ ਹੈ, ਕਿਉਂਕਿ ਮੈਂ ਮੇਰੇ ਤੋਂ ਵੱਧ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਇਕੱਲੀ ਮੇਰੀ ਗੱਲ ਹੀ ਨਹੀਂ, ਤੁਸੀਂ ਪਿੰਡਾਂ ਦੇ ਵਿੱਚ ਜਿਹੜਾ ਆਮ ਇੱਕ ਵਰਕਰ ਹੈ ਉਹਨਾਂ ਨੂੰ ਜਾ ਕੇ ਪੁੱਛੋ ਵੀ ਕਿਸੇ ਦੀ ਕੋਈ ਸੁਣਵਾਈ ਹੈਗੀ ਹੈ, ਕਿਸੇ ਦੀ ਕਚਹਿਰੀ ਜਾਂ ਕਿਸੇ ਥਾਣਿਆਂ ਦੇ ਵਿੱਚ ਕਿਸੇ ਦਾ ਕੋਈ ਮਾਣ ਸਨਮਾਨ ਹੈਗਾ? ਇੱਥੇ ਪੰਚ ਸਰਪੰਚ, ਅਸੀਂ ਨਾਂ ਦੇ ਪੰਚ ਸਰਪੰਚ ਹਾਂ, ਵਿਚਾਰੇ ਮੋਹਤਬਰ ਬੰਦੇ ਜਿਹੜੇ ਹੈ ਉਹਨਾਂ ਦਾ ਕੋਈ ਮਾਣ ਸਨਮਾਨ ਨਹੀਂ, ਲੋਕ ਧੱਕੇ ਖਾਂਦੇ ਫਿਰਦੇ ਆ। ਅਤੇ ਉਹ ਅੱਜ ਮੇਰੇ ਵੀਰ ਮੈਨੂੰ ਤਾਂ ਇੰਝ ਲੱਗਦਾ, ਇੱਕ ਮੇਰੇ ਮਿੱਤਰ ਸੀ ਉਹ ਗੱਲ ਕਰਿਆ ਕਰਦੇ ਸੀ ਵੀ ਯਾਰ ਇਦੋਂ ਤਾਂ ਵਿਰੋਧੀ ਧਿਰ ਵਿੱਚ ਹੀ ਚੰਗੇ ਆ, ਵੀ ਮੁਰਦਾਬਾਦ ਤਾਂ ਕਰ ਸਕਦੇ ਹਾਂ ਨਾ, ਅਤੇ ਮਤਲਬ ਮੇਰੇ ਵੀਰ ਇਹੋ ਜਿਹੀ ਸਰਕਾਰ ਤੋਂ ਕਰਾਉਣਾ ਕੀ ਹੈ ਜਿਹੜੇ ਲੋਕਾਂ ਦੇ ਦੁੱਖ ਅਤੇ ਦਰਦ ਨੂੰ ਸਮਝਦੀ ਨਹੀਂ, ਜਿਹੜੀ ਸਰਕਾਰ ਦੇ ਵਿੱਚ ਉਹਨਾਂ ਦੇ ਮੋਹਤਬਰ ਬੰਦੇ ਰੁਲ ਜਾਣ, ਅਤੇ ਫਿਰ ਉਹ ਉਹਨਾਂ ਤੋਂ ਕਰਾਉਣਾ ਕੀ ਹੈ? ਇਸ ਕਰਕੇ ਮੇਰਾ ਵੀਰ ਕਾਂਗਰਸ ਪਾਰਟੀ ਨੂੰ ਛੱਡਿਆ। ਤੁਹਾਨੂੰ ਸਾਹਿਬ ਤੁਸੀਂ ਗੱਲ ਕੀਤੀ ਕਿ ਸੱਤਾ ਦੇ ਵਿੱਚ ਰਹਿੰਦਿਆਂ ਜਿਹੜੀ ਆਵਾਜ਼ ਬੁਲੰਦ ਕਰਨੀ ਵੀ ਔਖੀ ਹੋ ਜਾਂਦੀ ਆ, ਹੁਣ ਜੇ ਤੁਹਾਡੀ ਪਾਰਟੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਆ, ਅਤੇ ਇਹ ਸਰਹੱਦੀ ਇਲਾਕਾ ਆ ਜਿੱਥੇ ਤੁਸੀਂ ਇਸ ਵਕਤ ਖੜ੍ਹੇ, ਜੇ ਪਿੰਡ ਥੇ ਕੱਲਾ, ਇਹ ਬਿਲਕੁਲ ਸਰਹੱਦ ਦੀ ਗੋਦ ਦੇ ਵਿੱਚ ਵਸਿਆ ਆ, ਸਾਹਮਣੇ ਪਾਕਿਸਤਾਨ ਆ, ਇੱਥੋਂ ਕੋਈ 50 ਕੁ ਗਜ਼ ਦੀ ਦੂਰ, ਕਿਹੜੀਆਂ ਜਿਹੜੀਆਂ ਤੁਸੀਂ ਸਮਝਦੇ ਜੇ ਕਿ ਮੁੱਖ ਲੋੜਾਂ ਇਹਨਾਂ ਲੋਕਾਂ ਦੀਆਂ ਨੇ ਜਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਲੋਕਾਂ ਵਿੱਚ ਜਾਓਗੇ? ਮਤਲਬ ਜਿਹੜੀ ਬਾਰਡਰ ਏਰੀਏ ਦੀ ਮੰਗ ਹੈ ਉਹ ਮੈਂ ਸਮਝਦਾ ਹਾਂ ਕਿ ਜਿਹੜੀ ਸਰਕਾਰ ਹੈ, ਸਰਕਾਰ ਨੂੰ ਵੇਖੋ, ਜਿਹੜੇ ਸਰਕਾਰ ਨੂੰ ਚਲਾਉਣ ਵਾਲੇ ਬੰਦੇ ਆ, ਜਿਹੜੀ ਬਾਰਡਰ ਏਰੀਏ ਦੀ ਮੈਂ ਸਮਝਦਾ ਕੈਟਾਗਰੀ ਬਣਨੀ ਚਾਹੀਦੀ ਹੈ ਕਿ ਜਿਹੜੇ ਆ ਜੀਰੋ ਲਾਈਨ 'ਤੇ ਜਿਹੜੇ ਪਿੰਡ ਵੱਸ ਰਹੇ ਆ ਉਹਨਾਂ ਲਈ ਇੱਕ ਸਹੂਲਤ ਦਾ ਜਿਹੜੀ ਸਹੂਲਤ ਹੈ ਉਹਨਾਂ ਨੂੰ ਇੱਕ ਵੱਖਰਾ ਜਿਹੜਾ ਉਹਦਾ ਪੈਮਾਨਾ ਚਾਹੀਦਾ, ਉਹਨਾਂ ਨੂੰ ਇੱਕ ਵੱਖਰੀ ਜਿਹੜੀ ਆ ਉਹਨਾਂ ਨੂੰ ਜਿਹੜੀ ਆ ਉਹ ਸਹੂਲਤ 'ਤੇ ਮਿਲਣੀ ਚਾਹੀਦੀ ਹੈ। ਅਤੇ ਜਿਹੜੇ ਇਹਤੋਂ ਪਿੱਛੇ ਆ, ਜਿਹੜੇ ਬਾਰਡਰ ਤੋਂ ਥੋੜ੍ਹਾ ਕੋਈ 10 ਕਿਲੋਮੀਟਰ ਹਨ ਉਹਨਾਂ ਲਈ ਇੱਕ ਵੱਖਰੀ ਕੈਟਾਗਰੀ ਚਾਹੀਦੀ ਹੈ, ਅਤੇ ਜਿਹੜੇ ਬਿਲਕੁਲ ਵਿਚਾਰੇ ਆ ਮੌਤ ਦੇ ਮੂੰਹ ਅੱਗੇ ਲੋਕ ਬੈਠੇ ਆ ਉਹਨਾਂ ਨੂੰ ਮੇਰਾ ਵੀਰ ਵੱਖਰਾ ਕੋਈ ਜਿਹੜਾ ਵਾ ਸਰਕਾਰ ਨੂੰ ਕੁਛ ਨਾ ਕੁਛ ਉਹਨਾਂ ਲਈ ਸੋਚਣਾ ਚਾਹੀਦਾ। ਧੁੰਨ ਸਾਹਿਬ ਜਿਹੜੇ ਨੌਜਵਾਨ ਵਰਗ ਆ, ਤੁਸੀਂ ਖੁਦ ਨੌਜਵਾਨ ਜੇ, ਅਤੇ ਨੌਜਵਾਨ ਵਰਗ ਲਈ ਕੀ ਜਿਹੜੀ ਤੁਹਾਡੀ ਪਾਰਟੀ ਦੀਆਂ ਜਿਹੜੀਆਂ ਵਾ ਉਹ ਮੁੱਢਲੀਆਂ ਜਿਹੜੀਆਂ ਵਾ ਜਿਹੜੀਆਂ ਵਾ ਪਹਿਲਕਦਮੀਆਂ ਰਹਿਣਗੀਆਂ? ਮਤਲਬ ਸਭ ਤੋਂ ਵੱਧ ਤਾਂ ਅੱਜ ਮੈਂ ਸਮਝਦਾ ਕਿ ਜਿਹੜੀ ਨੌਜਵਾਨੀ ਹੈ ਜਿਹੜੀ ਉਹ ਸਭ ਤੋਂ ਹਾਲਾਤ ਮਾੜੇ ਜਿਹੜੇ ਹੈ ਉਹ ਨੌਜਵਾਨੀ ਦੇ ਹੈ, ਕਿਉਂਕਿ ਨੌਜਵਾਨੀ ਜਿਹੜੀ ਹੈ ਵਿਚਾਰੀ ਪੜ੍ਹ ਲਿਖ ਕੇ ਉਹ ਬਾਹਰ ਨੂੰ ਭੱਜ ਰਹੀ ਹੈ। ਅੱਜ ਲੋੜ ਹੈ ਕਿ ਨੌਜਵਾਨਾਂ ਨੂੰ ਇੱਥੇ ਪੰਜਾਬ ਦੇ ਵਿੱਚ ਰੁਜ਼ਗਾਰ ਦਿੱਤਾ ਜਾਵੇ, ਉਹਨਾਂ ਨੂੰ ਜਿਹੜੀਆਂ ਬਣਦਾ ਜਿੰਨਾ ਮੈਂ ਕਹਿੰਦਾ ਸਰਕਾਰਾਂ ਕਰ ਸਕਦੀਆਂ ਉਹਨਾਂ ਨੂੰ, ਭਾਵੇਂ ਕਿਤੇ 10,000 'ਤੇ ਹੀ ਨੌਕਰੀ ਉਹਨਾਂ ਨੂੰ ਕੋਈ ਦੇ ਦਿਓ, ਉਹਨਾਂ ਨੂੰ 10,000 ਦੀ ਕੋਈ ਛੋਟੀ ਮੋਟੀ ਨੌਕਰੀ ਦੇ ਦਿਓ, ਉਹ ਇੱਥੇ ਵੀ ਗੁਜ਼ਾਰਾ ਕਰ ਲੈਣਗੇ। ਸਰਕਾਰਾਂ ਨੂੰ ਤਾਂ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਆ। ਅਤੇ ਮੈਂ ਬੜੇ ਮਾਣ ਨਾਲ ਗੱਲ ਕਹਿ ਸਕਦਾ ਕਿ ਜੇ ਪੰਜਾਬ ਦੇ ਵਿੱਚ ਲੋਕਾਂ ਨੇ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਤੀ, ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਉਹ ਨੌਜਵਾਨਾਂ ਨੂੰ ਪੱਕਾ ਉਹਨਾਂ ਦੇ ਲਈ ਰੁਜ਼ਗਾਰ ਦਾ ਪ੍ਰਬੰਧ ਕਰਨਗੇ। ਤੁਹਾਨੂੰ ਸਾਹਿਬ ਇਹ ਇੱਕ ਪੰਥਕ ਹਲਕੇ ਵਜੋਂ ਜਾਣਿਆ ਜਾਂਦਾ ਹੈ, ਅਤੇ ਤੁਹਾਡਾ ਜਿਹੜਾ ਮੁੱਖ ਮੁਕਾਬਲਾ ਜਿਹੜਾ ਇੱਥੇ ਸਿਆਸਤ ਦੇ ਵਿੱਚ ਜਿਹੜੀ ਆ ਅਗਲੇ ਬੰਨੇ ਧਿਰ ਖੜੀ ਆ, ਇਹ ਪ੍ਰੋਫੈਸਰ ਵਿਰਸਾ ਸਿੰਘ ਵਲਟੋ ਆ, ਅਤੇ ਉਹ ਆਪਣੇ ਆਪ ਨੂੰ ਪੰਥਕ ਲੀਡਰ ਵਜੋਂ ਪੇਸ਼ ਕਰਦੇ ਨੇ, ਅਤੇ ਸ਼੍ਰੋਮਣੀ ਅਕਾਲੀ ਦਲ ਵੀ ਪੰਥਕ ਨੁਮਾਇੰਦਗੀ ਦੇ ਤੌਰ 'ਤੇ ਆਪਣੇ ਆਪ ਨੂੰ ਪੇਸ਼ ਕਰਦਾ ਰਿਹਾ, ਤੁਸੀਂ ਉਹਨਾਂ ਦੇ ਨਾਲ ਵੀ ਕੰਮ ਕੀਤਾ ਹੈ, ਅਤੇ ਕਿਹੋ ਜਿਹਾ ਸਮਝਦੇ ਜੇ ਕਿ ਤੁਹਾਡਾ ਉਹਨਾਂ ਦੇ ਨਾਲ ਇਸ ਪੰਥਕ ਹਲਕੇ ਦੇ ਵਿੱਚ ਕਿਹੜੇ ਮਾਮਲਿਆਂ ਨੂੰ ਲੈ ਕੇ ਅਤੇ ਮੁੱਦਿਆਂ ਨੂੰ ਲੈ ਕੇ ਉਹਨਾਂ ਦੇ ਨਾਲ ਜਿਹੜੀ ਆ ਜੋਰ ਜਮੈਸ਼ ਹੋਣ ਵਾਲੀ? ਬ੍ਰਦਰ, ਜਿਹੜਾ ਅਕਾਲੀ ਦਲ ਉਹ ਤਾਂ ਪੰਥ ਰਿਹਾ ਹੀ ਨਹੀਂ, ਉਹ ਤਾਂ ਪੰਥ ਤਾਂ ਲੋਕ ਨੇ, ਪੰਥ ਤਾਂ ਜਿਹੜੇ ਪਿੰਡਾਂ ਦੇ ਵੱਸਦੇ ਜਿਹੜੇ ਗੁਰੂ ਸਾਹਿਬ ਨੂੰ ਰੋਜ਼ ਉੱਠ ਕੇ ਅਰਦਾਸ ਕਰਦੇ ਉਹ ਲੋਕ ਪੰਥ ਆ। ਅਕਾਲੀ ਦਲ ਪੰਥ ਕਿੱਥੇ ਰਹਿ ਗਿਆ? ਅਕਾਲੀ ਦਲ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਵਿਧ ਵੀ ਹੋ ਜਾਵੇ, ਇਦੋਂ ਵੱਡੀ ਮਾੜੀ ਕਿਹੜੀ ਗੱਲ ਹੋ ਸਕਦੀ ਹੈ? ਅਤੇ ਫਿਰ ਜਦੋਂ ਉਹਨਾਂ ਦੇ ਰਾਜ ਦੇ ਵਿੱਚ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਫੜਿਆ ਨਾ ਜਾਵੇ, ਉਹਨਾਂ ਨੂੰ ਨੰਗਿਆ ਨਾ ਕੀਤਾ ਜਾਵੇ, ਅਤੇ ਮੇਰਾ ਵੀ ਰੋਹ ਤਾਂ ਪੰਥਕ ਗਵਾਉਣ ਦੇ ਹੱਕਦਾਰ ਹੀ ਨਹੀਂ ਹੈਗੇ। ਅਤੇ ਇਸ ਕਰਕੇ ਜਿਹੜੇ ਪੰਥ ਜਿਹੜੇ ਲੋਕ ਹੈ ਉਹ ਲੋਕ ਪੰਥ ਹੈ, ਅਤੇ ਪੰਥਕ ਲੋਕ ਸਮਝ ਚੁੱਕੇ ਹੈ
ਕਿ ਇਹਨਾਂ ਨੇ ਪੰਥਕ ਬੁਰਕਾ ਪਾਇਆ ਹੋਇਆ, ਉਹਨਾਂ ਲੋਕਾਂ ਨੇ ਐਲਕਾਂ ਦੀ ਇਹਨਾਂ ਦੋਵਾਂ ਧਿਰਾਂ ਨੂੰ ਵੋਟਾਂ ਨਹੀਂ ਪਾਉਣੀਆਂ। ਉਹ ਆਮ ਆਦਮੀ ਪਾਰਟੀ ਦੇ ਨਾਲ ਪੰਥਕ ਲੋਕ ਵੀ, ਜਿਹੜੀ ਪੰਥਕ ਸੋਚ ਵਾਲੇ ਲੋਕ ਆ, ਉਹ ਆਮ ਆਦਮੀ ਪਾਰਟੀ ਦੇ ਨਾਲ ਖੜਨਗੇ। ਧੁੰਦ ਸਾਹਿਬ, ਇੱਕ ਤੁਸੀਂ ਵੱਡੀ ਧਿਰ ਬਣ ਕੇ ਪਿਛਲੀਆਂ ਚੋਣਾਂ ਦੇ ਵਿੱਚ ਜਿਹੜਾ ਵਾ ਇੱਥੋਂ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਹੋਣਾਂ ਦੀ ਮਦਦ ਕੀਤੀ ਆ, ਹਲਕੇ ਦੇ ਲੋਕ ਬਾਖੂਬੀ ਇਸ ਗੱਲ ਨੂੰ ਜਾਣਦੇ ਨੇ, ਉਹਨਾਂ ਦੇ ਜਿਹੜੇ ਤੁਹਾਡੇ ਨਾਲ ਵਖਰੇਵੇਂ ਆ ਉਹ ਹਮੇਸ਼ਾ ਹੀ ਜਿਹੜੇ ਆ ਉਹ ਸਾਹਮਣੇ ਆਉਂਦੇ ਰਹੇ ਨੇ ਕਿ ਉਹ ਕਦੀ ਵੀ ਤੁਹਾਨੂੰ ਇੱਕ ਮੰਚ 'ਤੇ ਇਕੱਠਾ ਨਹੀਂ ਵੇਖਿਆ ਗਿਆ, ਕੀ ਇੱਕ ਵੱਡਾ ਕਾਰਨ ਇਹ ਵੀ ਸਮਝਦੇ ਜੇ ਤੁਹਾਡਾ ਇਹ ਪਾਰਟੀ ਦੇ ਵਿੱਚੋਂ ਜਾਣ ਦਾ? ਬ੍ਰਦਰ, ਮੈਂ ਤਾਂ ਜਿਹੜੇ ਦੋਵੇਂ ਹੀ ਵਿਧਾਇਕ ਆ ਉਹਨਾਂ ਨੂੰ ਇੱਕ ਬੇਨਤੀ ਕਰੂੰਗਾ, ਵੇਖੋ ਮੈਂ ਕਦੀ ਵੀ ਨਾ ਜਿਹੜੀ ਘਟੀਆ ਰਾਜਨੀਤੀ ਹੈ, ਮੈਨੂੰ ਪਤਾ ਜੋ ਚੱਲ ਰਿਹਾ ਜਿਹੜੀ ਘਟੀਆ ਇਹ ਲੋਕ, ਜੇ ਤਾਂ ਮੈਂ ਇਹਨਾਂ ਦਾ ਝੋਲਾ ਚੁੱਕਾਂ ਸਰਵਣ ਸਿੰਘ ਧੁੰਨ ਫਿਰ ਸਾਧ, ਅਤੇ ਜੇ ਮੈਂ ਇਹਨਾਂ ਦੇ ਖਿਲਾਫ਼ ਉੱਟਾਂ ਤਾਂ ਫਿਰ ਸਰਵਣ ਸਿੰਘ ਧੁੰਨ ਬਦਮਾਸ਼। ਇਹ ਲੋਕ ਮੈਨੂੰ ਪਤਾ ਜੋ ਕੁਝ, ਮੈਂ ਇਹਨਾਂ ਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਹਾਂ, ਜਿਹੜੇ ਬੰਦੇ ਘਟੀਆ ਸਿਆਸਤ ਕਰਦੇ ਆ, ਕਿ ਜਦੋਂ ਤੁਸੀਂ ਕਬੱਡੀ ਖੇਡਦੇ ਹੋ ਨਾ, ਇਹ ਕਬੱਡੀ ਦੇ ਇਹ ਘਟੀਆ ਪਲੇਅਰਾਂ ਵਰਗੇ ਪਲੇਅਰ ਹੈ। ਜਿਹੜਾ ਕਬੱਡੀ ਦਾ ਘਟੀਆ ਪਲੇਅਰ ਹੁੰਦਾ ਹੈ ਉਹ ਮੈਦਾਨ ਦੇ ਵਿੱਚ ਖੇਡ ਤਾਂ ਸਕਦਾ ਨਹੀਂ, ਉਹ ਕੋਸ਼ਿਸ਼ ਕਰਦਾ ਹੈ ਵੀ ਜਿਹੜਾ ਦੂਜਾ ਖਿਡਾਰੀ ਹੁੰਦਾ ਉਹਨੂੰ ਸੱਟ ਲਾ ਦਿਆਂ ਮੈਂ ਕਬੱਡੀ ਖੇਡਦਿਆਂ। ਇਹ ਹੁਣ ਸੱਟ ਲਾਉਣ ਦੀ ਕੋਸ਼ਿਸ਼ ਕਰਦੇ ਆ ਮੈਨੂੰ, ਇਹਨਾਂ ਨੂੰ ਡਰ ਪਤਾ ਨਹੀਂ ਕਾਹਦਾ ਪਿਆ ਹੋਇਆ। ਮੈਂ ਇਹਨਾਂ ਨੂੰ ਕਹੂੰਗਾ ਵੀ ਮਰਦਾਂ ਵਾਲੀ ਖੇਡ ਖੇਡੋ, ਮੈਂ 13 ਸਾਲ ਤੋਂ ਤੁਸੀਂ ਮੈਨੂੰ ਜਾਣਦੇ ਹੋ, 13 ਸਾਲ ਤੋਂ ਮੈਂ ਆਪਣਾ ਘਰ ਬੂਹਾ ਫੋਕ ਕੇ ਆਪਣਾ ਘਰ ਜਾੜ ਕੇ ਮੇਰਾ ਵੀ ਰਾਜਨੀਤੀ ਕੀਤੀ ਹੈ, ਅਤੇ ਇਹ ਲੋਕ ਮੈਂ ਫਿਰ ਵੀ ਇੰਨਾ ਸਮਝਮ ਅਤੇ ਇੰਨੇ ਮਤਲਬ ਮੇਰਾ ਵੀਰ ਕਦੀ ਵੀ ਆਪਣਾ ਮਨ ਛੋਟਾ ਨਹੀਂ ਕੀਤਾ, ਮੈਂ ਕਦੀ ਕਿਸੇ ਦੇ ਖਿਲਾਫ਼ ਕਦੀ ਗਲਤ ਗੱਲ ਨਹੀਂ ਕੀਤੀ, ਕਦੀ ਕਿਸੇ ਦੀ ਸ਼ਾਨ ਦੇ ਖਿਲਾਫ਼ ਗਲਤ ਗੱਲ ਨਹੀਂ ਕੀਤੀ। ਮੈਂ ਤਾਂ ਹਮੇਸ਼ਾ ਆਪਣੇ ਜਿਹੜੇ ਪੈਰ ਆ ਉਹਨਾਂ ਦੇ ਲੜਾਈ ਲੜਦਾ, ਅਤੇ ਮੈਂ ਇਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ, ਤੁਸੀਂ ਜੇ ਲੋਕਾਂ ਦੇ ਚੰਗੇ ਕੰਮ ਕੀਤੇ ਆ ਨਾ, ਫਿਰ ਮੇਰੇ ਵੀਰ ਲੋਕਾਂ ਵਿੱਚ ਜਾਓ, ਔਰ ਫੈਸਲਾ ਲੋਕਾਂ ਨੇ ਕਰਨਾ। ਜੇ ਤੁਸੀਂ ਚੰਗੇ ਕੰਮ ਕੀਤੇ ਹੋਣਗੇ ਲੋਕ ਤੁਹਾਨੂੰ ਵੋਟਾਂ ਪਾ ਦੇਣਗੇ, ਅਤੇ ਜੇ ਅਸੀਂ ਲੋਕਾਂ ਦੇ ਨਾਲ ਚੰਗੇ ਵਿਚਰੇ ਹਾਂ ਤਾਂ ਫਿਰ ਲੋਕ ਸਾਡਾ ਸਾਥ ਦੇਣਗੇ। ਇਸ ਕਰਕੇ ਮੈਂ ਉਹਨਾਂ ਨੂੰ ਕਹਿੰਦਾ ਕਿ ਵਧੀਆ ਸਿਆਸਤ ਕਰੋ, ਇੱਕ ਵਧੀਆ ਰਾਜਨੀਤੀ ਕਰੋ, ਇੱਕ ਮਿਆਰੀ ਰਾਜਨੀਤੀ ਕਰੋ, ਜਿਹੜਾ ਲੋਕਾਂ ਦਾ ਕੋਈ ਅਸੀਂ ਕੁਛ ਨਾ ਕੁਛ ਉੱਚਾ ਚੁੱਕ ਸਕੀਏ। ਘਟੀਆ ਰਾਜਨੀਤੀ ਨਾ ਕਰੋ। ਧੁੰਦ ਸਾਹਿਬ, ਇੱਕ ਆਖਰੀ ਸਵਾਲ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਪੁਰਾਣਾ ਇੱਥੇ ਕਾਡਰ ਆ ਜਾਂ ਜਿਹੜੇ ਉਹਨਾਂ ਦੇ ਵਰਕਰ ਆ, ਕੀ ਉਹਨਾਂ ਨੂੰ ਨਾਲ ਲੈ ਕੇ ਤੁਸੀਂ ਚੱਲ ਰਹੇ ਜੇ, ਅਤੇ ਲੋਕਾਂ ਵੱਲੋਂ ਜਿਹੜਾ ਉਹ ਕਿਹੋ ਜਿਹਾ ਸਮਰਥਨ ਮਿਲਿਆ, ਅਤੇ ਕੀ ਆਉਣ ਵਾਲੇ ਸਮਝ ਲਈਏ ਕਿ ਤੁਹਾਨੂੰ ਜਿਹੜਾ ਇੱਥੋਂ ਦੇ ਇੱਕ ਉਮੀਦਵਾਰ ਵਜੋਂ ਲੋਕ ਜਿਹੜੇ ਆ ਸਮਝਣ? ਨਹੀਂ ਪੰਨੂ ਸਾਹਿਬ, ਮੈਂ ਜਿਹੜੀ ਵੇਖੋ ਤੁਸੀਂ ਭਰਾ ਹੋ, ਮੈਂ ਇੱਕ ਗੱਲ ਤੁਹਾਨੂੰ ਸਾਫ਼ ਕਹਿ ਦੇਣੀ ਚਾਹੁੰਦਾ, ਮੈਂ ਅਜੇ ਪਰਸੋਂ ਜਿਹੜੀ ਆ ਪਾਰਟੀ ਜੁਆਇਨ ਕਰਕੇ ਆਇਆ, ਅਤੇ ਮੈਂ ਕਿਉਂਕਿ ਜਿਹੜੀ ਇਹ ਕਾਂਗਰਸ ਪਾਰਟੀ ਵਾਂਗੂ ਮਤਲਬ ਨਹੀਂ ਵੀ ਇੱਥੇ ਪਤਾ ਨਹੀਂ ਕਿਹਨੂੰ ਟਿਕਟ 'ਤੇ ਕੀ ਹੈ, ਜਾਂ ਅਕਾਲੀ ਦਲ ਵਾਂਗੂ ਨਹੀਂ, ਇਹ ਇੱਕ ਡਿਸਿਪਲਿਨ ਪਾਰਟੀ ਹੈ। ਕੇਜਰੀਵਾਲ ਸਾਹਿਬ ਜਾਂ ਉਹਨਾਂ ਦੀ ਟੀਮ ਜਿਹਨੂੰ ਵੀ ਉਮੀਦਵਾਰ ਬਣਾਊਗੀ, ਮੈਨੂੰ ਬਣਾਉਂਦੇ ਤਾਂ ਮੈਂ ਲੜਨ ਲਈ ਤਿਆਰ ਹਾਂ, ਜਾਂ ਲੋਕ ਇਹ ਫੈਸਲਾ ਲੋਕਾਂ ਨੇ ਕਰਨਾ ਅਤੇ ਜਾਂ ਪਾਰਟੀ ਨੇ ਕਰਨਾ। ਅੱਜ ਮੈਂ ਇਹ ਗੱਲ ਨਹੀਂ ਕਹਿ ਸਕਦਾ ਕਿ ਮੈਂ ਕੋਈ ਉਮੀਦਵਾਰ ਬਣ ਕੇ ਵਿਚਰਿਆ, ਅੱਜ ਮੈਂ ਆਮ ਆਦਮੀ ਪਾਰਟੀ ਦਾ ਇੱਕ ਸੱਚਾ ਸਿਪਾਹੀ ਬਣ ਕੇ ਲੋਕਾਂ 'ਚ ਵਿਚਰਿਆ। ਅਤੇ ਪੁਰਾਣਾ ਜਿਹੜੇ ਪਹਿਲੇ ਇੱਥੋਂ ਦੇ ਹੈਗੇ ਨੇ ਕਾਡਰ ਆ ਜਾਂ ਇੱਥੋਂ ਦੇ ਉਹਨਾਂ ਦੇ ਵਰਕਰ, ਉਹ ਤੁਹਾਡੇ ਨਾਲ ਇਸ ਵਕਤ ਚੱਲ ਰਹੇ, ਤੁਸੀਂ ਲੈ ਕੇ ਚੱਲੋਗੇ ਉਹਨਾਂ ਨੂੰ? ਬਿਲਕੁਲ ਵੀਰ ਜੀ, ਮੇਰੇ ਬੜੇ ਉਹ ਸਤਿਕਾਰਯੋਗ ਨੇ ਜਿਨ੍ਹਾਂ ਨੇ ਵਿਚਾਰਿਆਂ ਨੇ ਬਹੁਤ ਮਿਹਨਤ ਕੀਤੀ ਆ, ਲੜਾਈ ਲੜਦੇ ਰਹੇ ਆ, ਉਹਨਾਂ ਨੂੰ ਗਲ ਦੇ ਨਾਲ ਲਾ ਕੇ ਚੱਲਾਂਗੇ, ਉਹਨਾਂ ਦੇ ਨਾਲ ਪਿਆਰ ਦੇ ਨਾਲ ਚੱਲਾਂਗੇ। ਸਾਰੇ ਭਰਾ ਨੇ, ਕਿਉਂਕਿ ਜੇ ਅਸੀਂ ਪੰਜਾਬ ਲਈ ਇੱਕ ਚੰਗੀ ਸੋਚ ਨਾਲ ਜੁੜੇ ਹਾਂ ਤਾਂ ਫਿਰ ਮੇਰੇ ਵੀਰ ਇਹੋ ਜਿਹੀ ਤੇਰ ਮੇਰ ਵਾਲਾ ਤਾਂ ਕੋਈ ਬਣਦਾ ਹੀ ਨਹੀਂ। ਸਾਰੇ ਸਤਿਕਾਰਯੋਗ ਨੇ, ਸਾਰੇ ਨੂੰ ਮੈਂ ਤਾਂ ਆਪਣੇ ਅੱਖਾਂ ਦੇ ਸਿਰ 'ਤੇ ਬਿਠਾਊਂਗਾ। ਗਰਾਊਂਡ ਰਿਪੋਰਟ ਟੀਵੀ ਨਿਊਜ਼ ਇੰਡੀਆ ਨਾਲ ਗੱਲਬਾਤ ਕਰਨ ਲਈ ਸ਼ੁਕਰੀਆ। ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ, ਆਪ ਜੀ ਦਾ। ਇਹ ਸਨ ਜੀ ਜਥੇਦਾਰ ਸਰਵਣ ਸਿੰਘ ਧੁੰਨ, ਜਿਨ੍ਹਾਂ ਨੇ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨਿੰਗ ਕੀਤੀ ਹੈ, ਅਤੇ ਹੁਣ ਆਪਣੇ ਸਾਥੀਆਂ ਸਮੇਤ ਰਾਜਸੀ ਸਰਗਰਮੀਆਂ ਜਿਹੜੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਨੇ। ਗਰਾਊਂਡ ਰਿਪੋਰਟ ਟੀਵੀ ਨਿਊਜ਼ ਇੰਡੀਆ ਲਈ ਕੈਮਰਾਮੈਨ ਹਰਵਿੰਦਰ ਸਿੰਘ ਭਾਟੀਆ ਦੇ ਨਾਲ ਪਿੰਡ ਥੇਕਲਾ ਤੋਂ ਪਿਸ਼ੌਰਾ ਸਿੰਘ ਪੰਨੂ ਦੀ ਰਿਪੋਰਟ।